ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੱਲ ਕਰਨ ਲੱਗੇ ਹਾਂ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ। ਖੜੇ ਹਾਂ ਸ਼੍ਰੀ ਹਰਗੋਬਿੰਦਪੁਰ, ਜਿਹੜੀ ਉਹਨਾਂ ਦੀ ਰਾਜਧਾਨੀ ਵੀ ਰਹੀ। ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਸਰਦਾਰ ਹਰਦਾਸ ਸਿੰਘ, ਉਹ ਸੁਰ ਸਿੰਘ ਵਾਲਾ ਜਿਹੜਾ ਤਰਨ ਤਾਰਨ ਦੇ ਲਾਗੇ ਉੱਥੋਂ ਦੇ ਰਹਿਣ ਵਾਲੇ ਸੀ। ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੋਂ ਉਹਨਾਂ ਨੇ ਅੰਮ੍ਰਿਤ ਛਕਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਬਣ ਕੇ ਉਹ ਜਿਹੜੇ ਬਜਵਾੜਾ ਦੇ ਕੋਲ ਸ਼ਹੀਦ ਹੋਏ। ਇਹਨਾਂ ਦੇ ਪਿਤਾ ਜੀ ਭਗਵਾਨ ਸਿੰਘ ਜੀ ਜਿਹੜੇ ਆ, ਉਹ ਸੁਰ ਸਿੰਘ ਛੱਡ ਕੇ ਈਚੋਗਿੱਲ ਪਿੰਡ ਹੈ ਉੱਧਰ ਜਾ ਵਸੇ ਸੀ। ਉੱਥੇ ਹੀ ਫਿਰ ਜਿਹੜੇ ਆ ਉਹਨਾਂ ਦੇ ਘਰੇ ਪੰਜ ਪੁੱਤਰਾਂ ਨੇ ਜਨਮ ਲਿਆ, ਜੈ ਸਿੰਘ, ਜੱਸਾ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ, ਤਾਰਾ ਸਿੰਘ। ਸੋ ਦੂਜੇ ਨੰਬਰ 'ਤੇ ਸਰਦਾਰ ਜੱਸਾ ਸਿੰਘ ਜਿਹੜੇ ਮੁੜ ਕੇ ਜੱਸਾ ਸਿੰਘ ਰਾਮਗੜੀਆ ਕਰਕੇ ਮਸ਼ਹੂਰ ਹੋਏ। ਜਦੋਂ ਮਿਸਲਾਂ ਬਣੀਆਂ, ਸਰਦਾਰ ਆਨੰਦ ਸਿੰਘ ਨੇ ਮਿਸਲ ਬਣਾਈ ਸਾਂਗਣੀਆਂ, ਉਹ ਉਹਦੇ ਜਰਨੈਲ ਸਨ ਮੁਖੀ, ਅਤੇ ਉਹਦੇ ਵਿੱਚ ਹੀ ਜਾ ਕੇ ਸੈਨਾਪਤੀ ਬਣ ਗਏ ਜੱਸਾ ਸਿੰਘ। ਬਾਅਦ ਵਿੱਚ ਜਦੋਂ ਆਨੰਦ ਸਿੰਘ ਜੀ ਸਵਰਗਵਾਸ ਹੋ ਗਏ ਤਾਂ ਮਿਸਲ ਦੇ ਸਰਦਾਰ ਬਣਦੇ ਆ ਜੱਸਾ ਸਿੰਘ ਜੀ। ਜੱਸਾ ਸਿੰਘ ਉਸ ਵੇਲੇ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਕੱਚਾ ਕਿਲਾ ਸੀਗਾ ਜਿਹਨੂੰ ਰਾਮ ਰੌਣੀ ਕਹਿੰਦੇ ਸੀਗੇ, ਰਾਮ ਰੌਣੀ ਦੇ ਕਿਲੇ ਦੇ ਵਿੱਚ ਉਹਨੂੰ ਪੱਕਾ ਕਰਕੇ ਉਹਦਾ ਨਾਂ ਰਾਮਗੜੀਆ ਰੱਖਿਆ। ਉੱਥੋਂ ਹੀ ਫਿਰ ਜੱਸਾ ਸਿੰਘ ਰਾਮਗੜੀਆ ਉਹਨਾਂ ਦੇ ਨਾਮ ਮਗਰ ਲੱਗਣ ਨਾਲ ਉਹ ਜੱਸਾ ਸਿੰਘ ਰਾਮਗੜੀਆ ਮਸ਼ਹੂਰ ਹੋਏ। ਜਦੋਂ ਬੁੱਢਾ ਦਲ ਅਤੇ ਤਰਨਾ ਦਲ ਬਣੇ, ਇਹ ਮਿਸਲ ਜਿਹੜੀ ਫਿਰ ਤਰਨਾ ਦਲ ਦੇ ਵਿੱਚ ਸ਼ਾਮਿਲ ਹੋਈ। ਜੱਸਾ ਸਿੰਘ ਹੁਣਾਂ ਦੀਆਂ ਬਹਾਦਰੀ ਦੀਆਂ ਗੱਲਾਂ ਇੱਦਾਂ ਕਿ ਇਹਨਾਂ ਨੇ ਕਈ ਸ਼ੇਰ ਮਾਰੇ, ਔਰ ਲਿਖਿਆ ਹੋਇਆ ਇਤਿਹਾਸ ਕਿ ਸੱਪ ਦੇ ਡੰਗਣ ਨੂੰ ਤੋਂ ਬਿਲਕੁਲ ਨਹੀਂ ਸੀ ਡਰਦੇ। ਕਹਿੰਦੇ ਸੀਗੇ ਕਿ ਜ਼ਹਿਰ ਕਾਇਰਾਂ ਨੂੰ ਚੜ੍ਹਦਾ ਹੈ। ਕਸੂਰ ਦਾ ਜਿਹੜਾ ਸੀਗਾ ਹਾਕਮ ਉਸਮਾਨ ਖਾਂ, ਉਹ ਇੱਕ ਪੰਤਾਣੀ ਖੋ ਕੇ ਲੈ ਗਿਆ। ਉਸੇ ਵੇਲੇ ਜੱਸਾ ਸਿੰਘ ਹੁਣਾਂ ਨੇ ਹਮਲਾ ਕਰਕੇ ਉਹਨੂੰ ਛਡਾ ਕੇ ਲਿਆਂਦਾ। ਇੱਦਾਂ ਦਾ ਇੱਕ ਇੰਸੀਡੈਂਸ ਹੋਰ ਹੋਇਆ ਹਿਸਾਰ ਦੇ ਕੋਲ ਤੁਸ਼ਾਮ ਦੇ ਵਿੱਚ, ਉੱਥੇ ਵੀ ਨਵ ਵਿਆਹੀ ਲੜਕੀ ਨੂੰ ਖੋ ਲਿਆ ਗਿਆ। ਉਸ ਵੇਲੇ ਇਕੱਲਾ ਸਰਦਾਰ ਜੱਸਾ ਸਿੰਘ ਖੜ੍ਹੇ ਹੋ ਗਏ ਸੀਗੇ ਉਹਨੂੰ ਛਡਾਉਣ ਵਾਸਤੇ। 1772 ਦੇ ਕਰੀਬ ਜਦੋਂ ਵੱਡਾ ਘੱਲੂਘਾਰਾ ਹੁੰਦਾ ਜਾਂ ਜੀ, ਉਹਦੇ ਵਿੱਚ ਬਹੁਤ ਬਹਾਦਰੀ ਦਿਖਾਉਂਦੇ ਆ ਔਰ ਜ਼ਖਮੀ ਹੁੰਦੇ ਸਰਦਾਰ ਜੱਸਾ ਸਿੰਘ ਰਾਮਗੜੀਆ। 1764 ਦੇ ਵਿੱਚ ਜਦੋਂ ਸਾਰਾ ਖਾਲਸਾ ਰਲ ਕੇ, ਮਿਸਲਾਂ ਸਾਰੀਆਂ ਰਲ ਕੇ ਹਮਲਾ ਕਰਦੇ ਆ ਜੈਨ ਖਾਂ ਜਿਹੜਾ ਸੀ ਸੂਬੇਦਾਰ ਸਰਹੰਦ ਦਾ, ਉਸ ਵੇਲੇ ਜੈਨ ਖਾਂ ਨੂੰ ਮਾਰ ਮੁਕਾਉਂਦੇ ਆ, ਤਾਂ ਉਸ ਵੇਲੇ ਸਾਰੀਆਂ ਮਿਸਲਾਂ ਨੇ ਕੁਛ ਇਲਾਕੇ ਵੰਡ ਲਏ ਸੀ ਆਪਣੇ ਵਿੱਚ, ਤਾਂ ਉਦੋਂ ਜੱਸਾ ਸਿੰਘ ਹੁਣਾਂ ਨੇ ਉੱਥੋਂ ਕੋਈ ਇਲਾਕਾ ਨਹੀਂ ਮੱਲਿਆ, ਉੱਥੋਂ ਛੱਡ ਕੇ ਇੱਧਰ ਆ ਗਏ ਸੀ। ਇਹਨੂੰ ਕਹਿੰਦੇ ਮਾਝੇ ਵਿੱਚ ਰਿਆੜਕੀ ਦਾ ਇਲਾਕਾ, ਰਿਆੜਕੀ ਦਾ ਇਲਾਕਾ ਆਣ ਮੱਲਿਆ ਸ਼੍ਰੀ ਹਰਗੋਬਿੰਦਪੁਰ, ਬਟਾਲਾ, ਕਲਾਨੌਰ ਅਤੇ ਬਿਆਸ ਦਰਿਆ ਦੇ ਇੱਧਰਲੇ ਪਾਸੇ ਟਾਂਡਾ ਓੜ ਮੋੜ ਵਾਲਾ ਇਲਾਕਾ, ਇਹ ਮੱਲ ਕੇ ਸ਼੍ਰੀ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਅਤੇ 1769 ਦੇ ਵਿੱਚ ਲਿਖਿਆ ਹੋਇਆ ਕਿ ਉਹਨਾਂ ਕੋਲ 10 ਲੱਖ ਮਾਮਲੇ ਵਾਲਾ ਇਲਾਕਾ ਉਹਨਾਂ ਦੀ ਕਮਾਨ ਉਹਨਾਂ ਦੇ ਰਾਜ ਹੇਠ ਸੀਗਾ। ਉਸ ਵੇਲੇ ਮਿਆਣੀ, ਓਰਮੁਰ, ਟਾਂਡਾ, ਮੁਕੰਦਪੁਰ, ਸ਼ਰੀਹਾਂ, ਬਟਾਲਾ, ਦੀਨਾਨਗਰ, ਕਲਾਨੌਰ, ਕਾਦੀਆਂ, ਸ਼੍ਰੀ ਹਰਗੋਬਿੰਦਪੁਰ, ਮੱਤੇਵਾਲ, ਘਮਾਣ ਆਦਿਕ ਇਲਾਕੇ ਉਹਨਾਂ ਦੇ ਅੰਡਰ ਸਨ। ਉਹਨਾਂ ਨੇ ਆਪਣੇ ਭਰਾ ਮਾਲੀ ਸਿੰਘ ਨੂੰ ਬਟਾਲੇ ਦਾ ਥਾਪ ਦਿੱਤਾ ਜਥੇਦਾਰ, ਮੇਨ ਉੱਥੋਂ ਦਾ ਰਾਜ ਦੇ ਦਿੱਤਾ, ਅਤੇ ਇੱਕ ਭਰਾ ਜਿਹੜਾ ਤਾਰਾ ਸਿੰਘ ਸੀਗਾ ਉਹਨੂੰ ਕਲਾਨੌਰ ਦਾ ਰਾਜ ਦੇ ਦਿੱਤਾ, ਔਰ ਆਪ ਇੱਥੇ ਸ਼੍ਰੀ ਹਰਗੋਬਿੰਦਪੁਰ ਵਿੱਚ ਰਾਜਧਾਨੀ ਬਣਾ ਕੇ ਛੇਵੇਂ ਪਾਤਸ਼ਾਹ ਦੇ ਇਸ ਸ਼ਹਿਰ ਨੂੰ ਇੱਥੇ ਵਸਣ ਲੱਗ ਪਏ। ਇਹ ਉਹਨਾਂ ਦਾ ਮਹੱਲ ਹੈ ਜੀ ਜਿੱਥੇ ਅਸੀਂ ਖੜ੍ਹੇ ਹਾਂ, ਅਤੇ ਬਿਲਕੁਲ ਢਹਿ ਢੇਰੀ ਹੋ ਰਿਹਾ, ਔਰ ਦੱਸਿਆ ਜਾਂਦਾ ਵਾ, ਇਹ ਵੀ ਪਤਾ ਲੱਗਾ ਹੈ, ਹੋਰ ਖੋਜ ਦੀ ਲੋੜ ਹੈ। ਜਿਹੜਾ ਸ਼੍ਰੀ ਹਰਗੋਬਿੰਦਪੁਰ ਵਿੱਚ ਪੁਲਿਸ ਸਟੇਸ਼ਨ ਆ, ਪੁਰਾਣੀ ਇੱਕ ਬਿਲਡਿੰਗ ਹੁੰਦੀ ਸੀ, ਉਹ ਵੀ ਜੱਸਾ ਸਿੰਘ ਹੁਣਾਂ ਦਾ ਬਣਾਇਆ ਇੱਕ ਕਿਲ੍ਹਾ ਸੀਗਾ। ਜਦੋਂ ਇਸ ਇੱਥੇ ਰਾਜ ਕਰਦਿਆਂ ਕਰਦਿਆਂ ਫਿਰ ਉਹਨਾਂ ਨੇ ਪਹਾੜੀ ਇਲਾਕੇ ਦੇ ਰਾਜਿਆਂ ਨੂੰ ਆਪਣੀ ਈਨ ਮਨਾਈ, ਜਿਹਦੇ ਵਿੱਚ ਜਸਵਾ, ਨੂਰਪੁਰ, ਚੰਬਾ, ਹਰੀਪੁਰ, ਕਟੋਚ, ਇਹ ਸਾਰੇ ਰਾਜੇ ਈਨ ਮੰਨ ਗਏ ਸੀਗੇ ਔਰ ਖਰਾਜ ਦਿੰਦੇ ਸੀ, ਵੱਡਾ ਰਾਜਾ ਅਤੇ ਛੋਟਾ ਰਾਜਾ। ਜਿਹੜਾ ਛੋਟਾ ਰਾਜਾ ਆਪਣੀ ਪ੍ਰੋਟੈਕਸ਼ਨ ਵਾਸਤੇ ਵੱਡੇ ਰਾਜੇ ਨੂੰ ਭਰਦਾ ਸੀਗਾ ਅਮਾਉਂਟ ਕਿ ਤਾਂ ਜੋ ਉਹ ਲੋੜ ਪੈਣ 'ਤੇ ਇਹਨਾਂ ਦੀ ਹਿਫਾਜ਼ਤ ਕਰੇ। ਸੋ ਜੱਸਾ ਸਿੰਘ ਰਾਮਗੜੀਆ ਉੱਥੇ ਵੱਡੇ ਹੋ ਗਏ, ਉਹਨਾਂ ਕੋਲ ਖਰਾਜ ਲੈਂਦੇ ਸੀ। ਉਦੋਂ ਫਿਰ ਕੀ ਕੀਤਾ ਜੱਸਾ ਸਿੰਘ ਹੁਣਾਂ ਨੇ ਹਲਵਾਰਾ ਕਿਲ੍ਹਾ ਇਤਿਹਾਸ 'ਚ ਆਉਂਦਾ, ਦਾਸ ਨੂੰ ਅਜੇ ਥਾਂ ਨਹੀਂ ਲੱਭੀ, ਰਾਵੀ ਨਦੀ ਦੇ ਕਿਨਾਰੇ ਉਹ ਬਣਾ ਕੇ ਆਪਣੇ ਭਰਾ ਮਾਲੀ ਸਿੰਘ ਨੂੰ 4000 ਫੌਜ ਦੇ ਨਾਲ ਉੱਥੇ ਛੱਡਿਆ ਇਹਨਾਂ ਪਹਾੜੀ ਰਾਜਿਆਂ ਦੀ ਸੁਰੱਖਿਆ ਵਾਸਤੇ। 1775 ਦੇ ਵਿੱਚ ਇਹ ਇਲਾਕੇ ਘਨੱਈਆ ਮਿਸਲ ਦੇ ਜੈ ਸਿੰਘ ਹੁਣਾਂ ਨੇ ਇਹਨਾਂ ਕੋਲੋਂ ਖੋਹ ਲਏ। ਸੋ ਇੱਦਾਂ ਇਹਨਾਂ ਦੀ ਲਾਗ ਡਾਟ ਬਣ ਗਈ। ਹੁਣ ਇੱਧਰ ਇਹ ਇਕੱਲੇ ਰਹਿ ਗਏ, ਅਤੇ ਘਨੱਈਆ ਮਿਸਲ ਵਾਲਿਆਂ ਨੇ ਨਾਲ ਜੱਸਾ ਸਿੰਘ ਆਲੂ ਵਾਲਿਆਂ ਨੂੰ ਰਲਾ ਲਿਆ, ਨਾਲ ਹੀ ਉਹਨਾਂ ਮਹਾਂ ਸਿੰਘ ਸ਼ੁਕਰ ਚੱਕੀਆ ਮਿਸਲ ਵਾਲਿਆਂ ਨੂੰ ਰਲਾ ਲਿਆ, ਅਤੇ ਨਾਲ ਹੀ ਉਹਨਾਂ ਨੇ ਤਾਰਾ ਚੰਦ ਜਿਹੜਾ ਕਾਂਗੜੇ ਦਾ ਰਾਜਾ ਸੀ ਇਹਨਾਂ ਸਾਰਿਆਂ ਨੇ ਰਲ ਕੇ ਰਾਮਗੜੀਆ ਸਾਹਿਬ 'ਤੇ ਹਮਲਾ ਕੀਤਾ। ਤਾਂ ਉਸ ਲੜਾਈ ਵਿੱਚ ਰਾਮਗੜੀਆ ਸਾਹਿਬ ਹਾਰ ਗਏ, ਇਹਨਾਂ ਨੂੰ ਇੱਥੋਂ ਛੱਡ ਕੇ ਜਾਣਾ ਪਿਆ, ਅੱਜ ਕੱਲ੍ਹ ਦਾ ਹਰਿਆਣਾ ਵਾ ਹਿਸਾਰ ਵਿੱਚ ਚਲੇ ਗਏ।
ਉੱਧਰ ਇਹਨਾਂ ਹਿਸਾਰ ਸਰਸੇ ਦੇ ਵਿੱਚ ਆਪਣਾ ਮੇਨ ਅੱਡਾ ਰੱਖਿਆ। ਉਹ ਸਮਾਂ ਸੀ ਜਦੋਂ ਗੰਗਾ ਜਮਨਾ ਉਸ ਇਲਾਕੇ ਦੇ ਵਿੱਚ ਇਹਨਾਂ ਨੇ ਬੜੀਆਂ ਮੱਲਾਂ ਮਾਰੀਆਂ ਔਰ ਇੱਕ ਵਾਰ ਦਿੱਲੀ ਦੇ ਉੱਤੇ ਹਮਲਾ ਕਰਕੇ ਮੁਗਲਾਂ ਦੀਆਂ ਚਾਰ ਤੋਪਾਂ ਖੋਹ ਕੇ ਲਿਆਏ ਸੀਗੇ। ਇਸ ਸਰਦਾਰ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਇੱਕ ਉਹ ਵੀ ਹੈ ਕਿ ਜਦੋਂ ਦਿੱਲੀ 'ਤੇ ਹਮਲਾ ਕੀਤਾ ਤਾਂ ਉਹ ਜਿੱਥੇ ਮੁਗਲ ਬਾਦਸ਼ਾਹ ਬੈਠ ਕੇ ਹੁਕਮ ਜਾਰੀ ਕਰਦੇ ਹੁੰਦੇ ਸੀਗੇ ਉਹ ਤਖ਼ਤ ਤਾਊਸ ਦੀ ਜਿਹੜੀ ਸਿੱਲ ਸੀਗੀ ਪੱਥਰ ਦੀ ਉਹ ਹੀ ਉੱਥੋਂ ਪੁੱਟ ਕੇ ਅਤੇ ਧੂ ਕੇ ਅੰਮ੍ਰਿਤਸਰ ਸਾਹਿਬ ਲੈ ਆਏ ਸੀ, ਜਿਹੜੀ ਅੱਜ ਵੀ ਰਾਮਗੜੀਆ ਬੁੰਗਾ ਵਿੱਚ ਸੁਸ਼ੋਭਿਤ ਹੈ। 1882 ਦਾ ਸਮਾਂ ਆਇਆ ਜਿਹੜੇ ਘਨੱਈਆ ਅਤੇ ਸ਼ੁਕਰਚੱਕੀਆਂ ਨੇ ਰਲ ਕੇ ਇਹਨਾਂ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਦਾ ਆਪਸ 'ਚ ਲੜਾਈ ਹੋ ਗਈ ਜੰਮੂ ਦੇ ਉੱਤੇ, ਜੰਮੂ 'ਤੇ ਚੜ੍ਹਾਈ ਕਰਨ ਦੇ ਚੱਕਰ 'ਚ। ਅਤੇ ਉਹ ਆਪਸ 'ਚ ਜਦੋਂ ਪਾਟੇ ਤਾਂ ਫਿਰ ਮਹਾਂ ਸਿੰਘ ਸ਼ੁਕਰਚੱਕੀਏ ਨੇ ਇਹਨਾਂ ਨੂੰ ਸੱਦਿਆ, ਕਿਹਾ ਵੀ ਆਹ ਰਲ ਕੇ ਘਨੱਈਆ ਦੇ ਉੱਤੇ ਹੁਣ ਹਮਲਾ ਕਰੀਏ। ਉਸ ਵੇਲੇ ਫਿਰ ਜੱਸਾ ਸਿੰਘ ਹੋਣੀ ਉੱਥੋਂ ਹਰਿਆਣੇ 'ਚੋਂ ਆਏ, ਇੱਧਰੋਂ ਮਹਾਂ ਸਿੰਘ ਹੋਣੀ, ਇਹਨਾਂ ਨੇ ਰਲ ਕੇ ਹਮਲਾ ਕੀਤਾ ਅਤੇ ਜਿਹੜੀ ਲੜਾਈ ਹੋਈ ਉਹਦੇ ਵਿੱਚ ਸਰਦਾਰਨੀ ਸਦਾ ਕੌਰ ਦਾ ਪਤੀ ਗੁਰਬਖਸ਼ ਸਿੰਘ ਜਿਹੜਾ ਸੀ ਨਾ ਉਹ ਜੱਸਾ ਸਿੰਘ ਰਾਮਗੜੀਆ ਹੋਣਾ ਦੇ ਤੀਰ ਦੇ ਨਾਲ ਮਾਰਿਆ ਗਿਆ। ਉਦੋਂ ਫਿਰ ਇਹਨਾਂ ਨੂੰ ਇਹ ਫਿਰ ਸਾਰੇ ਇਲਾਕੇ ਫਿਰ ਇਹਨਾਂ ਦੁਬਾਰੇ ਮੱਲੇ। 1796 ਦੇ ਵਿੱਚ ਜਿਹੜੀ ਸਰਦਾਰਨੀ ਸਦਾ ਕੌਰ ਸੀਗੀ ਨਾ ਉਹਨਾਂ ਨੇ ਇਹਨਾਂ ਨੂੰ ਇਹਨਾਂ ਦੇ ਉੱਤੇ ਕਬਜ਼ਾ ਕਰਨ ਲਈ ਮਿਆਣੀ ਆ ਬਿਆਸ ਤੋਂ ਪਾਰ ਮਿਆਣੀ ਉੱਥੇ ਘੇਰਾ ਪਾ ਲਿਆ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਅਤੇ ਉਹ ਸਰਦਾਰਨੀ ਸਦਾ ਕੌਰ ਅਤੇ ਨਾਲ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਨਾਲ ਸੀਗੇ। ਪਰ ਉਸ ਵੇਲੇ ਫਿਰ ਹੜ੍ਹ ਆਉਣ ਕਰਕੇ ਉਹਨਾਂ ਦੀ ਫੌਜ ਦਾ ਨੁਕਸਾਨ ਹੋ ਕੇ ਉਹਨਾਂ ਨੂੰ ਆਪਣਾ ਘੇਰਾ ਚੁੱਕ ਕੇ ਜਾਣਾ ਪਿਆ। ਪਰ ਇਹਨਾਂ ਦੀ ਜਿਹੜੀ ਲਾਗ ਡਾਟ ਬਹੁਤ ਸੀਗੀ ਇੱਧਰ ਜੱਸਾ ਸਿੰਘ ਆਲੂ ਵਾਲੀਆਂ ਨਾਲ, ਸ਼ੁਕਰਚੱਕੀਆ ਦੇ ਨਾਲ, ਘਨੱਈਆ ਦੇ ਨਾਲ, ਅਤੇ ਅਖੀਰ ਦੀ ਬਾਕੀ ਬਟਾਲੇ ਦੇ ਵਿੱਚ ਲੜਾਈ ਹੋਈ ਜਿਸ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਰਾਮਗੜੀਆ ਮਿਸਲ ਸਦਾ ਲਈ ਹਾਰ ਗਈ। ਔਰ ਉਹ ਸਰਦਾਰ ਉਦੋਂ ਨੂੰ ਇਹ ਸ਼ੇਰ ਜਿਹਨੇ ਦਿੱਲੀ ਅਤੇ ਗੰਗਾ ਜਮਨਾ ਤੱਕ ਆਪਣੀਆਂ ਤੇਗਾਂ 'ਚ ਲਾਈਆਂ ਸੀ ਉਦੋਂ ਨੂੰ ਇਹ ਸ਼ੇਰ ਵੀ ਬੁੱਢਾ ਹੋ ਚੁੱਕਾ ਸੀਗਾ। ਫਿਰ ਬੁੱਢੇ ਹੋਏ ਸ਼ੇਰ ਨੇ ਅਖੀਰਲਾ ਸਮਾਂ ਇਸੇ ਸ਼ਹਿਰ ਸ਼੍ਰੀ ਹਰਗੋਬਿੰਦਪੁਰ ਵਿੱਚ ਬਤੀਤ ਕੀਤਾ ਔਰ 1803 ਦੇ ਕਰੀਬ ਕਰੀਬ ਇੱਥੋਂ ਸਵਰਗਵਾਸ ਹੋਏ। ਪਿਛਲੇ ਸਾਲ ਵੀ ਤੁਹਾਡੇ ਨਾਲ ਇੱਕ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਉਹਨਾਂ ਦਾ ਮਹੱਲ ਦਿਖਾਇਆ ਸੀ ਜੋ ਬਾਹਰੋਂ ਗਲੀ 'ਚੋਂ ਦੇਖਣ ਤੋਂ 2 ਮੰਜ਼ਿਲਾ ਸੀ, ਹੁਣ 1 ਮੰਜ਼ਿਲ ਖੜ੍ਹੀ ਹੈ, ਦਰਵਾਜ਼ੇ ਟੁੱਟੇ ਹਨ, ਘਰ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ ਮਹੱਲ ਦੀਆਂ, ਪਰ ਬਿਲਕੁਲ ਖਲਾਰਾ ਪਿਆ ਹੋਇਆ ਹੈ। ਕੁਛ ਦਿਨ ਪਹਿਲਾਂ ਸਾਨੂੰ ਵੀ ਪਤਾ ਲੱਗਾ ਕਿ ਉਹਨਾਂ ਦੀ ਸਮਾਧ ਵੀ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਹੀ ਹੈ ਅਤੇ ਜਿਹੜੀ ਜਿੱਥੇ ਇੱਕ ਪਰਿਵਾਰ ਰਹਿ ਰਿਹਾ ਹੈ ਅਤੇ ਇਹ ਸਾਡੇ ਜਰਨੈਲ ਦੀਆਂ, ਜਿਹਨੂੰ ਦੁੱਖ ਦੀ ਗੱਲ ਹੈ ਕਿ ਅਸੀਂ ਜਾਤਾਂ ਪਾਤਾਂ ਦੇ ਅਨੁਸਾਰ ਵੀ ਵੰਡ ਲਿਆ ਉਹ ਵੀ ਮਾੜੀ ਗੱਲ ਹੈ, ਸਾਨੂੰ ਰਲ ਕੇ ਲੋੜ ਆ ਕਿ ਇਸ ਮਹੱਲ ਨੂੰ ਜਿਹੜਾ ਤਾਂ ਹੁਣ ਵੈਸੇ ਤਾਂ ਤਕਰੀਬਨ ਢਹਿ ਢੇਰੀ ਹੋ ਚੁੱਕਾ ਪਰ ਕਿਸੇ ਤਰੀਕੇ ਇਹਦੀਆਂ ਯਾਦਾਂ ਬਚਾਈਆਂ ਜਾਣ, ਉਹ ਜਿਹੜੀ ਸਮਾਧ ਆ ਉਹਨੂੰ ਬਚਾਇਆ ਜਾਵੇ ਕਿਸੇ ਤਰੀਕੇ। ਅਜੇ ਉਹ ਕਾਫੀ ਸਟਰੋਂਗ ਆ ਪਰ ਫਾਊਂਡੇਸ਼ਨ ਦੇ ਉੱਤੋਂ ਥੱਲਿਓਂ ਇੱਟਾਂ ਉੱਖੜ ਗਈਆਂ ਵਾ, ਕਾਫੀ ਬੁਰੀ ਹਾਲਤ ਆ। ਪਰਿਵਾਰ ਨੇ ਦੱਸਿਆ ਕਿ ਕੁਛ ਸਾਲ ਪਹਿਲਾਂ ਆਣ ਕੇ ਕੋਈ ਠੱਗੀ ਵੀ ਮਾਰ ਗਿਆ ਸੀਗਾ। ਇਹ ਸਾਡੀ ਕੌਮ 'ਚ ਬਹੁਤ ਚੱਲ ਰਿਹਾ ਵਾ, 2-4 ਦਿਨ ਪੰਥ ਦੀ ਗੱਲ ਕਰੋ, ਬਾਹਰੋਂ ਪੈਸਾ ਮੰਗਾਓ ਖਾਓ ਅਤੇ ਉਸ ਤੋਂ ਬਾਅਦ 'ਚ ਮੁੜ ਕੇ ਭੁੱਲ ਜਾਓ। ਇਹ ਵੀ ਦੁਖਾਂਤ ਹੀ ਹੈ ਸਾਡਾ। ਦੱਸਿਆ ਜਾਂਦਾ ਹੈ ਕਿ ਉਹਨਾਂ ਨਾਲ ਰਿਲੇਟਡ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਹੋਰ ਵੀ ਨਿਸ਼ਾਨੀਆਂ ਹਨ ਜਿਹੜੀਆਂ ਹੋਰ ਖੋਜ ਅਤੇ ਜਿਹੜੇ ਸਿਆਣੇ ਇਤਿਹਾਸਕਾਰ ਡੂੰਘੇ ਖੋਜੀ ਹਨ ਉਹਨਾਂ ਦੀਆਂ ਇਹ ਸੇਵਾਵਾਂ ਨੂੰ ਮੰਗਦੀਆਂ ਹਨ। ਅਸੀਂ ਕਾਸ਼ ਅਵੇਸਲੇ ਨਾ ਹੋਈਏ ਆਪਣੇ ਜਰਨੈਲਾਂ ਪ੍ਰਤੀ ਔਰ ਉਹਨਾਂ ਦੇ ਉੱਤੇ ਅਸੀਂ ਮਾਣ ਵੀ ਕਰਦੇ ਹਾਂ ਪਰ ਜਦੋਂ ਉਹਨਾਂ ਲਈ ਸਾਨੂੰ ਕੁਛ ਕਰਨ ਦਾ ਸਮਾਂ ਆਉਂਦਾ ਤਾਂ ਉਦੋਂ ਅਸੀਂ ਪਿੱਠ ਕਰ ਲੈਂਦੇ ਹਾਂ। ਹੋਈਆਂ ਭੁੱਲਾਂ ਦੀ ਮੁਆਫੀ ਜੀ। ਪੇਜ ਨਿਸ਼ਾਨ ਸਿੰਘ ਆਸਟ੍ਰੇਲੀਆ ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਵੈਬਸਾਈਟ ਫੋਲੋ ਜ਼ਰੂਰ ਕਰੋ, ਵੀਡੀਓ ਸ਼ੇਅਰ ਕਰਦੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।